ਸੋਨੇ ਦੀ ਤਸਕਰੀ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਇਹਨਾਂ ਵਿੱਚੋਂ ਕਈ ਮਾਮਲੇ ਤਾਂ ਹੈਰਾਨ ਕਰਨ ਵਾਲੇ ਹੁੰਦੇ ਨੇ ਕਈ ਲੋਕ ਸੋਨੇ ਨੂੰ ਪੇਸਟ ਬਣਾ ਕੇ ਕੱਪੜਿਆਂ ਵਿੱਚ ਲੁਕੋ ਲੈਂਦੇ ਨੇ ਤਾਂ ਕਿ ਮੈਟਲ ਡਿਟੈਕਟਰ ਵਿੱਚ ਨਾ ਫੜੇ ਜਾਣ ਕਈ ਲੋਕ ਸੋਨੇ ਨੂੰ ਜੁੱਤੀਆਂ ਵਿੱਚ ਵੀ ਲੁਕੋ ਕੇ ਲਿਆਉਂਦੇ ਨੇ ਇਸੇ ਤਰ੍ਹਾਂ ਸੋਨੇ ਦੀ ਤਸਕਰੀ ਦਾ ਇੱਕ ਹੋਰ ਨਵਾਂ ਮਾਮਲਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਆਏ ਇੱਕ ਵਿਅਕਤੀ ਨੂੰ 196.6 ਗ੍ਰਾਮ ਸੋਨੇ ਸਮੇਤ ਕਾਬੂ ਕੀਤਾ ਹੈ ਇਹ ਵਿਅਕਤੀ ਬੀਤੀ ਰਾਤ 에ਅਰ ਇੰਡੀਆ ਦੀ ਫਲਾਈਟ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਿਆ ਸੀ ਫਿਲਹਾਲ ਕਸਟਮ ਵਿਭਾਗ ਦੀ ਟੀਮ ਉਕਤ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਮਿਲੀ ਜਾਣਕਾਰੀਆਂ ਅਨੁਸਾਰ ਉਕਤ ਵਿਅਕਤੀ ਬੀਤੀ ਰਾਤ 에ਅਰ ਇੰਡੀਆ ਦੀ ਫਲਾਈਟ ਰਾਹੀਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ ਸੀ ਜੋ ਆਪਣੇ ਟਰਾਲੀ ਬੈਗ ਦੇ ਪਹੀਏ ਵਿੱਚ ਛੁਪਾ ਕੇ ਕਰੀਬ 9.5 ਲੱਖ ਰੁਪਏ ਦਾ ਸੋਨਾ ਲੈ ਕੇ ਆਇਆ ਸੀ ਜਦੋਂ ਵਿਅਕਤੀ ਸਮਾਨ ਲੈ ਕੇ ਕਸਟਮ ਵਿਭਾਗ ਵੱਲ ਵਧਿਆ ਤਾਂ ਅਧਿਕਾਰੀਆਂ ਨੂੰ ਉਸ ਦੀਆਂ ਹਰਕਤਾਂ ਤੇ ਸ਼ੱਕ ਹੋਇਆ ਵਿਅਕਤੀ ਵਾਰ-ਵਾਰ ਬੈਗ ਦੇ ਪਹੀਏ ਨੂੰ ਛੂ ਕੇ ਜਾਂਚ ਕਰ ਰਿਹਾ ਸੀ ਕਸਟਮ ਵਿਭਾਗ ਦੀ ਟੀਮ ਨੇ ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਦੇ ਪਹੀਏ ਨੂੰ ਬੈਗ ਨਾਲ ਜੋੜਨ ਵਾਲੇ ਲੋਕ ਸੋਨੇ ਦੇ ਸਨ ਟਰਾਲੀ ਬੈਗ ਦੇ ਹੇਠਾਂ ਤੋਂ ਚਾਰ ਲੋਕ ਕੱਢੇ ਗਏ ਜਦੋਂ ਇਹਨਾਂ ਦਾ ਵਜ਼ਨ ਚੈੱਕ ਕੀਤਾ ਗਿਆ ਤਾਂ ਉਹ 196.40 ਗ੍ਰਾਮ ਸਨ ਜਿਸ ਦੀ ਬਾਜ਼ਾਰੀ ਕੀਮਤ ਕਰੀਬ 9,63,000 ਰੁਪਏ ਹੈ ਇਸਤੇ ਕਸਟਮ ਵਿਭਾਗ ਨੇ ਉਕਤ ਵਿਅਕਤੀ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਤੋਂ ਪੀਬੀਸੀ ਨਿਊਜ਼ ਲਈ ਬਿਊਰੋ ਰਿਪੋਰਟ